ਧੰਨਵਾਦ ਵੀਰ ਵੀਰ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਐਡਾ ਉਪਰਾਲਾ ਕੀਤਾ, ਅਤੇ ਸਰਦਾਰ ਗੁਰਮੁਖ ਸਿੰਘ ਜੀ ਅਤੇ 38-40 ਕਿੱਲੇ ਕਣਕ ਦੇ ਬਿਲਕੁਲ ਬਰਬਾਦ ਹੋ ਗਏ, ਅਤੇ ਅੱਜ ਮੇਰੇ ਵੀਰ ਜਤਿੰਦਰ ਸਿੰਘ ਅਤੇ ਵੀਰਭਿੰਦਰ ਸਿੰਘ ਨੇ ਮੇਰੀ ਬਹੁਤ ਹੈਲਪ ਕਰੀ, ਇਹਨਾਂ ਨੇ ਮੇਰੀ ਬਾਂਹ ਫੜੀ, ਜੇ ਹਰੇਕ ਭਾਈ ਹਰੇਕ ਦੀ ਬਾਂਹ ਫੜੇ ਤਾਂ ਉਹ ਡੁੱਬਦਾ ਨਹੀਂ। ਵੀਰਭਿੰਦਰ ਸਿੰਘ ਅੱਜ ਘਰ ਗਏ, ਕਹਿੰਦੇ ਜਿਹੜੀ ਚੀਜ਼ ਦੀ ਲੋੜ ਆ ਦੱਸ, ਅਤੇ ਠੇਕਾ ਵੱਧ ਕਰ ਲਾ ਘੱਟ ਕਰ ਲਾ ਜਦੋਂ ਮਰਜ਼ੀ ਦੇ, ਸਾਨੂੰ ਕੋਈ ਪਰਵਾਹ ਨਹੀਂ, ਹਰੇਕ ਵੀਰ ਨੂੰ ਹਰੇਕ ਦੀ ਮਦਦ ਕਰਨੀ ਚਾਹੀਦੀ, ਇਸ ਕਰਕੇ ਬੰਦਾ ਡੁੱਬਦਾ ਬਚ ਸਕਦਾ। ਧੰਨਵਾਦ। ਰੋਡ 'ਤੇ ਜਾਂਦੇ ਆਪਣੀ ਸਾਰਿਆਂ ਦੀ ਫਸਲ ਜਮ੍ਹਾਂ ਖਤਮ ਹੋਈ ਹੋਈ ਆ, ਗੁਰਮੁਖ ਸਿੰਘ ਕਿ ਆਪਣੇ ਪੈਲੀ ਸ਼ੁਰੂ ਤੋਂ ਹੀ ਵਾਹ ਰਹੇ ਆ। ਮੈਨੂੰ ਇਹਨਾਂ ਨੇ ਕਾਲ ਕੀਤੀ, ਕਹਿੰਦਾ ਵੀ ਮੇਰਾ ਜੀ ਨਹੀਂ ਲੱਗਦਾ। ਮੈਂ ਕੀ ਹੋਇਆ? ਕਹਿੰਦਾ ਵੀ ਮੇਰੀ ਫਸਲ ਇੱਦਾਂ। ਮੈਂ ਕਿਹਾ ਵੀ ਵੀਰੇ ਫਿਕਰ ਨਾ ਕਰ, ਵੀ ਜਿੰਨੀ ਵੀ ਮਦਦ ਕਰੂੰਗਾ ਜ਼ਰੂਰ ਕਰੂੰਗਾ। ਮੇਰਾ ਵੱਡਾ ਭਾਈ ਕੈਨੇਡਾ ਤੋਂ ਆਇਆ ਹੋਇਆ ਵਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀਰੇ ਵੀ ਆਹ ਗੱਲ ਆ। ਕਹਿੰਦਾ ਉਹਨੇ ਸੋਚਿਆ ਹੀ ਆ, ਉਹ ਕਹਿੰਦਾ ਵੀ ਜਿੱਦਾਂ ਤੇਰਾ ਜੀ ਕਰਦਾ ਕਰ ਲਾ। ਮੈਂ ਕਿਹਾ ਜੀ ਸਾਡੀ ਹੈਗੀ ਆ ਪਰ ਏਕੜ ਜਿੰਨੇ ਨੂੰ ਦਿੱਤੀ ਆ, ਉਦੋਂ 10,000 ਅਸੀਂ ਛੱਡ ਦੇਣਾ ਇਹਨਾਂ ਨੂੰ, ਪਰ ਏਕੜ ਦੇ ਹਿਸਾਬ ਨਾਲ 10,000 ਕਿੱਲਾ ਛੱਡ ਦੇਣਾ। ਇਹਦੇ ਨਾਲ ਫਰਕ ਇੰਨਾ ਕੁ ਪੈ ਜਾਂਦਾ ਵੀ ਜ਼ਿਮੀਦਾਰ ਦੀ 30-35,000 ਦੀ ਕਣਕ ਹੀ ਨਿਕਲਦੀ ਆ, 10,000 ਆਪਾਂ ਛੱਡਦਾ, 10,000 ਸਰਕਾਰ ਦੇ ਦੇਵੇ, 10,000 ਚੱਲ ਬੰਦਾ ਸੰਭਲ ਜਾਂਦਾ। ਪਰ ਹੁੰਦਾ ਤਾਂ ਧੱਕੇਸ਼ਾਹੀ ਹੋ ਜਾਣਾ, ਉਹ ਸਾਰਾ ਕੁਛ ਕਿਸਾਨ ਚੱਲਦਾ, ਪਰ ਫਿਰ ਵੀ ਕਹਿੰਦੇ ਹੁੰਦੇ ਗੁਰੂ ਦਾ ਸ਼ੁਕਰ ਕਰਦਾ। ਪਰ ਚਲੋ ਆਫਤ ਆ ਗਈ ਆ, ਅਤੇ ਇਸ ਗੱਲ ਵਿੱਚ ਮੈਨੂੰ ਪਤਾ ਲੱਗਾ, ਮੈਨੂੰ ਕੱਲ੍ਹ ਘਰੇ ਜੱਟ ਨੇ ਸੁਨੇਹਾ ਦਿੱਤਾ ਵੀ ਆਪਾਂ ਬੈਠ ਕੇ ਕੁਛ ਵਿਚਾਰੀਏ, ਕੋਈ ਨਵੀਂ ਲੀਹ ਪਾਈਏ, ਜਿਹਦੇ ਨਾਲ ਸਰਕਾਰਾਂ ਤਾਂ ਆਈਆਂ ਨਹੀਂ। ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਪੱਤਰਕਾਰ ਪੁੱਛਦਾ ਸੀ, ਚਰਨਜੀਤ ਪੁੱਛਦਾ ਸੀ, ਕਹਿੰਦਾ ਵੀ ਕੀ ਪ੍ਰੋਗਰਾਮ ਆ। ਮੈਂ ਕਿਹਾ ਯਾਰ ਜਿੱਥੇ ਸਰਕਾਰਾਂ ਨਹੀਂ ਆਈਆਂ ਉੱਥੇ ਆਪ ਸਾਡੇ ਲੋਕ ਆ ਗਏ, ਵੀ ਉਹਦੀ ਇੱਕ ਲੀਹ ਪਾਉਣ ਵਾਸਤੇ ਜੱਟ ਨੇ ਇਹ ਜਿਹੜਾ ਪ੍ਰੋਗਰਾਮ ਰੱਖਿਆ। ਕੀ ਆ ਇਹਦੇ 'ਚ ਫੈਸਲਾ ਕਰਨਾ ਕੀ ਨਹੀਂ ਕਰਨਾ, ਇਹ ਤਾਂ ਉਹੀ ਦੱਸੇਗਾ, ਪਰ ਇਹ ਇੱਕ ਵਿਚਾਰ ਚੰਗੀ ਆ, ਇੱਕ ਦੂਜੇ ਦੀ ਮਦਦ ਕਰਨੀ ਚੰਗੀ ਆ, ਇਹ ਸਾਡਾ ਵਿਰਸਾ। ਸੋ ਬੜਾ ਚੰਗਾ, ਪਰ ਜਿਵੇਂ ਕਹਿੰਦੇ ਨਾ ਵੀ ਜੋ ਕੁਛ ਵਾਪਰਿਆ ਉਹ ਤਾਂ ਬੜਾ ਔਖਾ ਵਾ। ਜਦੋਂ ਉੱਥੇ ਕੁਲੇਰ ਸਾਹਿਬ ਦੇ ਨਾਲ ਅਸੀਂ ਵੀ ਗੱਲ ਗਏ, ਹਰੀ ਹੋਣੀ ਸੀਗੇ ਸਾਰੇ, ਅਤੇ ਦੇਖਿਆ ਹਾਲਤ ਮਾੜੀ ਆ, 100% ਹੀ ਆ, ਅਤੇ ਦੂਰ ਤੋਂ ਵੀ ਅਸੀਂ ਵੇਖਿਆ, ਕਹਿੰਦੇ ਕਿਉਂਕਿ ਆਏ ਸੀਗੇ ਸਰਕਾਰੀ ਜਿਹੜੇ ਅਫਸਰ, ਅਤੇ ਉਹ ਬਾਹਰ ਦੂਰੋਂ ਹੀ ਚਲੇ ਗਏ, ਕਿਸੇ ਨੇ ਖੇਤ ਨਹੀਂ ਦੇਖਿਆ, ਪਤਾ ਨਹੀਂ ਉਹਦਾ ਕੀ ਕਰਨਾ ਕੀ ਨਹੀਂ ਕਰਨਾ। ਆਹ ਜਿੱਦਣ ਦੀ 2.5-3 ਸਾਲ ਦੀ ਸਰਕਾਰ ਬਣੀ ਅੱਜ ਤੱਕ ਤਾਂ ਕੋਈ ਮੁਆਵਜ਼ਾ ਮਿਲਿਆ ਨਹੀਂ, ਗਾਹ ਮਿਲਣਾ ਕਿ ਨਹੀਂ ਮਿਲਣਾ, ਪਰ ਸਾਡੇ ਆਪਦੇ ਭਰਾਵਾਂ ਨੇ ਉਸ ਮੁਆਵਜ਼ੇ ਲਈ ਕੁਛ ਨਾ ਕੁਛ ਜ਼ਰੂਰ ਸੋਚਿਆ, ਇੱਕ ਚੰਗੀ ਗੱਲ ਆ। ਮੈਂ ਇਸ ਗੱਲ ਦਾ ਸਵਾਗਤ ਵੀ ਕਰਦਾ, ਮੈਂ ਇਸ ਗੱਲ ਦੀ ਸ਼ੋਭਾ ਵੀ ਕਰਦਾ, ਸ਼ਲਾਘਾ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ, ਕਿਉਂਕਿ ਗੱਲ ਕੀ ਆ ਵੀ ਇੱਕ ਨੇ ਗੱਲ ਕੀਤੀ ਆ ਅਤੇ ਉਹ ਗੱਲ ਗਾਂਹ ਜਾਊਗੀ। ਜੇ ਅੱਜ ਇੱਥੇ ਜੱਟ ਹੁਣੀ ਗੱਲ ਕਰਦੇ ਆ ਅਤੇ ਇਹ ਗੱਲ ਜਿਹੜੀ ਆ ਗਾਂਹ ਜਾਣੀ ਆ, ਉਹ ਗਾਹਾਂ ਵਾਲੀ ਉਦੋਂ ਗਾਂਹ ਜਾਣੀ ਆ, ਜੇ ਸ਼ੋਭਾ ਹੋਊਗੀ ਉਹਦੇ ਨਾਲ ਦੀ ਨਾਲ ਕਿਸੇ ਨਾ ਕਿਸੇ ਦੀ ਮਦਦ ਵੀ ਹੋਜੂਗੀ, ਮਦਦ ਕਰਨੀ ਜ਼ਰੂਰ ਬਣਦੀ ਆ। ਜਤਿੰਦਰ ਦਾ ਗਰਿਆਲ ਸਾਹਿਬ ਦਾ ਫੋਨ ਆਇਆ ਸੀਗਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਜਿਹੜਾ, ਕਿਉਂਕਿ ਦੇਖੋ ਗੱਲ ਇਹ ਹੈ ਜਦੋਂ ਖਰਾਬਾ ਹੋ ਜਾਂਦਾ ਕਿ ਇਹਨੇ ਤਾਂ ਜਿਹੜੀ ਠੇਕੇ 'ਤੇ ਜ਼ਮੀਨ ਲਈ ਆ 50,000, 40,000 ਜਾਂ 45,000 ਰੁਪਇਆ ਉਹਦਾ ਹੈਗਾ ਠੇਕਾ, ਅਤੇ ਜਿਸ ਠੇਕੇ ਦਾ ਜਿਹਦਾ ਜਿਹੜਾ ਕਿਸਾਨ ਹੈ ਉਹਦੇ ਵਾਸਤੇ ਤਾਂ ਬੜਾ ਮੁਸ਼ਕਿਲ ਹੋ ਗਿਆ, ਕਿਉਂਕਿ 100% ਉਹਦਾ ਖਰਾਬਾ ਹੋ ਗਿਆ, ਕਿੱਥੋਂ ਦੇਵੇ ਹੁਣ। ਅਤੇ ਕੱਲ੍ਹ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਵੀ ਆਪਾਂ ਕਿਸ ਮੈਂ ਚਾਹੁੰਦਾ ਹੈਗਾ ਕਿ ਆਪਾਂ ਇਹ ਜ਼ਰੂਰ ਥੋੜ੍ਹਾ ਬਹੁਤ ਜੋ ਭਰਪਾਈ ਅਸੀਂ ਕਰ ਸਕਦੇ ਹਾਂ ਆਪਣੇ ਪੱਧਰ 'ਤੇ ਉਹ ਕਰੀਏ। ਸੋ ਮੈਂ ਧੰਨਵਾਦ ਕਰਦਾ ਜਤਿੰਦਰ ਸਿੰਘ ਤੁਹਾਡਾ ਵੀ, ਤੁਹਾਡੇ ਭਾਈ ਸਾਹਿਬ ਦਾ ਵੀ, ਬੜੀ ਅੱਛੀ ਸੋਚ ਹੈ।
ਔਰ ਚੰਗੀ ਗੱਲ ਹੈ ਕਿ ਆਪਾਂ ਨੂੰ ਸੋਚਣਾ ਵੀ ਚਾਹੀਦਾ, ਕਿਉਂਕਿ ਜਿੱਥੇ ਪਰਮਾਤਮਾ ਦੀ ਕਰੋਪੀ ਕੀਤੀ ਹੈ ਉੱਥੇ ਕਮ ਸੇ ਕਮ ਜੋ ਆਪਾਂ ਕਰ ਸਕਦੇ ਹਾਂ ਤੁਹਾਡੇ ਵਾਸਤੇ ਉਹ ਜ਼ਰੂਰ ਕਰੀਏ। ਸੋ ਧੰਨਵਾਦ ਹੈ ਜੀ, ਜਿਹੜਾ ਤੁਸੀਂ ਆਪਣੇ ਵੱਲੋਂ ਤੁਸੀਂ 10,000 ਰੁਪਇਆ ਫੀ ਏਕੜ ਦਾ ਜਿਹੜਾ ਘਟਾਇਆ ਹੈਗਾ, ਉਹ ਜਾਣੀ ਜੋ ਤੁਹਾਡਾ ਠੇਕਾ ਹੈਗਾ ਉਹਦੇ ਵਿੱਚੋਂ ਐਨੇ 10,000 ਰੁਪਇਆ ਘੱਟ ਕੀਤਾ ਹੈਗਾ, ਤੁਹਾਡਾ ਧੰਨਵਾਦ।